ਅਸੀਂ ਲੋਕਾਂ ਨੂੰ ਇਹ ਭਰੋਸਾ ਦਵਾਨੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵਧੀਆ ਸਕੂਲ ਦਿੱਲੀ ਜਿਵੇਂ ਦਿੱਲੀ ਚ ਬਣਾਏ ਨਾ ਉਵੇਂ ਪੰਜਾਬ ਜੀ ਬਣਾਵਾਂਗੇ ਵਿਰੋਧੀ ਤੁਹਾਨੂੰ ਇਸ ਗੱਲ ਤੇ ਘਿਰ ਵੀ ਲੈਂਦੇ ਨੇ ਕਿ ਵਾਰ ਉਹ ਸਵਾਲ ਵੀ ਚੱਕ ਲੈਂਦੇ ਨੇ ਕਿ ਕਹਿੰਦੇ ਨੇ ਕਿ ਜਦੋਂ ਕਰੋਨਾ ਕਾਲ ਸੀਗਾ ਤਾਂ ਦਿੱਲੀ ਸਰਕਾਰ ਉਥੋਂ ਲੋਕਾਂ ਨੂੰ ਨਹੀਂ ਸੰਭਾਈ ਉੱਥੇ ਕਿੰਨੀਆਂ ਮੌਤਾਂ ਹੋਈਆਂ ਉਹ ਲੋਕ ਜਿਹੜਾ ਇਲਾਜ ਦੇ ਲਈ ਪੰਜਾਬ ਦੇ ਵਿੱਚ ਆਏ ਖਾਸ ਕਰਕੇ ਤੁਹਾਡੀ ਵਿਰੋਧ ਕਾਂਗਰਸ ਪਾਰਟੀ ਵਾਲੇ ਇਹ ਗੱਲ ਕਹਿੰਦੇ ਨੇ ਕਿਸੇ ਵੀ ਇੱਕ ਤੋਂ ਮੁੱਦੇ ਤੇ ਵੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਅੱਜ ਮੈਂ ਰਜੀਆ ਸੁਲਤਾਨਾ ਹੋਰ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਉਹ ਮੈਨੂੰ ਕਹਿੰਦੇ ਕਿ ਆਪਣੇ ਜਿਹੜਾ ਜਿਹੜਾ ਕੰਮ ਕਰਵਾਏ ਹੋਏ ਕਮਾਦਿਓ ਕੀਤੀ ਕਿਨਾਰੇ ਸੀ ਉਹ ਕਹਿੰਦੇ ਮੈਂ ਪਲੇਰਕੋਟ ਲਈ ਨੂੰ ਜ਼ਿਲ੍ਹਾ ਬਣਵਾਇਆ ਇਸ ਦੇ ਨਾਲ ਨਾਲ ਜਿਹੜੇ ਇਨਫਰਾਸਟਰਕਚਰ ਦੇ ਕੰਮ ਹੋਏ ਹੁਣ ਇੱਥੇ ਜਿਹੜਾ ਸੀਵਰੇਜ ਉਹਦਾ ਕੰਮ ਚੱਲ ਰਿਹਾ ਸੜਕਾਂ ਦਾ ਕੰਮ ਚੱਲਿਆ ਪੁਲ ਬਣੇ ਵੀ ਰਜੀਆ ਸੁਲਤਾਨਾ ਨੂੰ ਤੇ ਕੁਰਸੀ ਨੂੰ ਡਿੱਗਣੋਂ ਨਹੀਂ بچਾ ਸਕਦੇ ਬੋਲ ਨੂੰ ਭਾਵੇਂ ਸਪੋਰਟਾਂ ਦੇ ਕੇ ਇਹਨਾਂ ਨੇ ਕੁਝ ਸਮੇਂ ਲਈ ਬਚਾ ਲਿਆ ਉਹ ਮੁਹੰਮਦ ਮੁਸਤਾਫਾ ਅਰਜਲ ਸੁਲਤਾਨਾ ਨੇ ਪਹਿਲਾਂ ਉਦੋਂ ਵੱਡੇ ਵੱਡੇ ਬੋਰਡ ਸ਼ਹਿਰ ਦੇ ਸਾਰੇ ਚੁਰਾਹਿਆਂ 'ਚ ਲਵਾਏ ਸੀਗੇ ਕਿ ਅਸੀਂ ਧੰਨਵਾਦ ਕਰਦੇ ਹਾਂ ਕੈਪਟਨ ਮਨਿੰਦਰ ਸਿੰਘ ਦਾ ਕਿ ਇਹਨਾਂ ਨੇ ਮਲੇਰਪੁਰ ਨੂੰ ਜ਼ਿਲ੍ਹਾ ਬਣਾਤਾ ਤੇ ਹੁਣ ਉਹ ਸਟੇਜਾਂ ਤੋਂ ਸਟੋਰੀਆਂ ਹੋਰ ਹੀ ਬਿਆਨ ਕਰਦੇ ਹਨ ਕਿ ਮੈਂ ਰਾਹੁਲ ਗਾਂਧੀ ਜੀ ਕੋਲ ਗਿਆ ਮੈਂ ਢਾਈ ਘੰਟੇ ਉਹਨਾਂ ਨਾਲ ਘੁੰਮਦਾ ਰਿਹਾ ਤੇ ਉਹਨਾਂ ਤੋਂ ਮੈਂ ਜ਼ਿਲ੍ਹਾ ਬਣਵਾ ਕੇ ਲਿਆਇਆ ਉਹਨਾਂ ਤੋਂ ਮੈਂ ਮੈਡੀਕਲ ਕਾਲਜ ਬਣਵਾਇਆ ਅਸੀਂ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਿ라ਣੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਅਸੀਂ ਮਲੇਰਕੋਲੇ ਦੇ ਵਿੱਚ ਵਧੀਆ ਹਸਪੀਟਲ ਬਣਾਵਾਂਗੇ ਸਾਰੇ ਡਾਕਟਰ ਮੁਹੱਈਆ ਕਰਵਾਵਾਂਗੇ ਔਰ ਸਾਰਾ ਇਲਾਜ ਜਿਹੜਾ ਹੈ ਉਹ ਮੁਫਤ ਧਿਆਨ ਦੇਣਗੇ ਫਰਜ਼ਾਨ ਆਲਮ ਨੂੰ ਇਥੋਂ ਪਿਛਲੇ ਜਿੱਤ ਕੇ ਐਮਐਲਏ ਬਣਾਇਆ ਲੋਕਾਂ ਨੇ ਉਹਨਾਂ ਨੂੰ ਕਿੰਨਾ ਕਮਕਾਬਲਾ ਫਰਜ਼ਾਨ ਆਲਮ ਸਾਹਿਬਾ ਹੁਣ ਯਾ ਨੂਸਰ ਜਦਾਮ ਗ ਬੱਗਾ ਜੀ ਹੁਣ ਯਾ ਰਜ਼ੀਆ ਸੁਲਤਾਨਾ ਹੁਣ ਮੈਂ ਕਿਸੇ ਨੂੰ ਮੁਕਾਬਲੇ ਚ ਨਹੀਂ ਮੰਨਦਾ ਜੇ ਅਸੀਂ ਤੁਹਾਡੇ ਸਿਆਸੀ ਕਰੀਅਰ ਦੀ ਮੈਂ ਗੱਲ ਕਰਾਂ ਤਾਂ ਜੇ ਉਹਦੇ ਵੱਲ ਝਾਤ ਮਾਰੀਏ ਤੁਹਾਡੀ ਪ੍ਰੋਫਾਈਲ ਖੋਲੀਏ ਤਾਂ ਉਹਦੇ ਵਿੱਚ ਕਈ ਤੁਸੀਂ ਪਾਰਟੀਆਂ ਬਦਲਦੇ ਗਏ ਹੋ ਕਾਂਗਰਸ ਦੇ ਵਿੱਚ ਵੀ ਤੁਸੀਂ ਰਹੇ ਹੋ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਤੁਸੀਂ ਆਗੇ ਲੋਕ ਸੰਸਦ ਪਾਰਟੀ ਦਾ ਵੀ ਤੁਸੀਂ ਹਿੱਸਾ ਰਹੇ ਹੋ ਨੋ ਮੈਂ ਲੋਕ ਇਨਸਾਫ ਪਾਰਟੀ ਤੇ ਨਹੀਂ ਰਿਹਾ ਨੋ ਗਲਤ ਬਾਤ ਹੈ ਲੋਕ ਕਿ ਕਹਿੰਦੇ ਨੇ ਕਿ ਕਹਿੰਦੇ ਹੈ ਕਈ ਪਾਰਟੀਆਂ ਲੋਕ ਇਨਸਾਫ ਦੇ ਵੀ ਨਹੀਂ ਇਹ ਚੀਜ਼ ਹੀ ਗੱਲ ਹੈ ਲੋਕਾਂ ਵਿੱਚ ਇਹ ਗੱਲ ਨਹੀਂ ਹੈ ਤਾਂ ਪਰਮ ਫੈਲਾਏ ਜਾ ਰਹੇ ਨੇ ਵੱਲੋਂ ਹਾਂਜੀ ਆਪੋਜੀਸ਼ਨ ਪਾਰਟੀਆਂ ਹੁੰਦਾ ਹੈ ਪ੍ਰਪੋਗੈਂਡਾ ਹੈ ਮੇਰੇ ਖਿਲਾਫ ਕਹਿ ਲਿਓ ਨਾ پاس ਕੁਝ ਨਹੀਂ ਹੈ ਮੇਰਾ 46 ਸਾਲ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਉਸ ਤੇ ਕੋਈ ਦਾਗ ਧੱਬਾ ਨਹੀਂ ਹੈ ਪਰਵਾਲੇ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜ ਨਾਲ ਮਲੇਰ ਕਾਲਜ ਦੀ ਸੀਟ ਜਿੱਤ ਕੇ ਸ਼੍ਰੀ ਅਦਵਿੰਦ ਕੇਜੀਵਾਲ ਅਤੇ ਸ਼੍ਰੀ ਭਗਵੰਤ ਮਾਨ ਜੀ ਚੋਲੀਪਾਲ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੋਂ ਦੇ ਉਮੀਦਵਾਰਾਂ ਦੇ ਤੁਹਾਨੂੰ ਰੂਬਰੂ ਕਰ ਰਹੇ ਹਾਂ ਅੱਜ ਪਹੁੰਚੇ ਹਾਂ ਹਲਕਾ ਮਲੇਰਕੋਟਲਾ ਇਹ ਜਾਣਨ ਦੇ ਲਈ ਕਿ ਇੱਥੋਂ ਦੀ ਸਿਆਸੀ ਹਵਾ ਕੀ ਕਹਿੰਦੀ ਹੈ ਤੇ ਇੱਥੋਂ ਦੇ ਉਮੀਦਵਾਰਾਂ ਦੇ ਤੁਹਾਨੂੰ ਰੂਬਰੂ ਕਰਨ ਦੇ ਲਈ ਇਸ ਵਕਤ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਇੱਥੋਂ ਦੇ ਉਮੀਦਵਾਰ ਜ਼ਮੀਰ 우 रहमान ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਫੋਰਸਮੈਨ ਚੈਨਲ ਦੀ ਤੁਸੀਂ ਕਿਦਾਂ ਦਾ ਮਾਹੌਲ ਚੱਲ ਰਿਹਾ ਹੈ ਇਸ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਕੀ ਲੱਗਦਾ ਹੈ ਕਿ ਕਿੰਨੇ ਕੁ ਜਿੱਤ ਦੇ ਜਿਹੜਾ ਤੁਸੀਂ ਕਰੀਬ ਹੋ ਮਲੇਰ ਕੋਲਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਬੋਲਬਾਲਾ ਹੈ ਔਰ ਪਿੰਡਾਂ ਦੇ ਵਿੱਚ ਲੋਕ ਬਦਲਾਅ ਦਾ ਪੂਰਾ ਮਨ ਬਣਾ ਚੁੱਕੇ ਨੇ ਸ਼ਹਿਰ ਦੇ ਹਰ ਗਲੀ ਮੁਹੱਲੇ 'ਚੋਂ ਇੱਕੋ ਹੀ ਆਵਾਜ਼ ਸੁਣਾਈ ਦੇ ਰਹੀ ਹੈ ਕਿ ਇਸ ਵਾਰ ਅਸੀਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਦੇਣਾ ਹੈ ਔਰ ਮਲੇਰਕੋਟਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਦਿਤਾ ਕੇ ਸ਼੍ਰੀ ਭਗਵੰਤ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਕਿਹੜੇ ਕੰਮ ਸਮਝਦੇ ਹੋ ਕਿ ਮਲੇਰਕੋਟਲੇ ਦੇ ਵਿੱਚ ਨਹੀਂ ਹੋਏ ਕੀ ਲੋਕਾਂ ਦੇ ਵਿੱਚ ਆਪਣਾ ਕੀ ਜਿਹੜਾ ਕੀ ਲੈ ਕੇ ਜਾਂਦੇ ਹੋ ਮੈਨੀਫੈਸਟੋ ਕੀ ਹੈ ਤੁਹਾਡਾ ਕੀ ਕਹਿੰਦੇ ਹੋ ਕਿ ਜੇ ਮੈਂ ਜਿੱਤ ਕੇ ਆਇਆ ਤਾਂ ਮੈਂ ਇਹ ਕੰਮ ਕਰਾਉਂਗਾ ਆਮ ਆਦਮੀ ਪਾਰਟੀ ਪਹਿਲ ਦੇ ਆਧਾਰ ਤੇ ਐਜੂਕੇਸ਼ਨ ਦੇ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ ਸਾਡੀ ਐਜੂਕੇਸ਼ਨ ਦਾ ਹਾਲ ਬੜਾ ਮਾੜਾ ਹੈ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਸਾਡੇ ਸਕੂਲ ਬਹੁਤ ਹੀ ਖਰਾਬ ਹਨ ਸਕੂਲਾਂ ਦੇ ਵਿੱਚ ਅਧਿਆਪਕ ਪੂਰੇ ਨਹੀਂ ਹਨ ਅਸੀਂ ਲੋਕਾਂ ਨੂੰ ਇਹ ਭਰੋਸਾ ਦਵਾਨੇ ਆ ਕਿ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੇ ਬਦਿਆ ਸਕੂਲ ਦਿੱਲੀ ਜਿਵੇਂ ਦਿੱਲੀ ਚ ਬਣਾਏ ਨੇ ਉਵੇਂ ਪੰਜਾਬ ਚ ਵੀ ਬਣਾਵਾਂਗੇ ਐਜੂਕੇਸ਼ਨ ਦਾ ਸਟੈਂਡਰਡ ਅਪ ਕਰਾਂਗੇ ਤਾਕਿ ਸਾਡੇ ਪੰਜਾਬ ਦੇ ਬੱਚੇ ਪੜ੍ਹ ਲਿਖ ਕੇ ਅੱਛੀਆਂ ਪੋਸਟਾਂ ਤੇ ਅੱਛੀਆਂ ਨੌਕਰੀਆਂ ਤੇ ਜਾ ਸਕਣ ਅਫਸਰ ਬਣ ਸਕਣ ਔਰ ਪੰਜਾਬ ਦੇ ਵਿੱਚ এডਿਕੇਸ਼ਨ ਜਿਹੜਾ ਹੈਗਾ ਉਹ ਅ ਅੱਗੇ ਵੱਧ ਸਕੇ ਇਸ ਦੇ ਨਾਲ ਹੀ ਅਸੀਂ ਸਿਹਤ ਸੰਭਾਲ ਦੀਆਂ ਸਹੂਲਤਾਂ ਦੀ ਗੱਲ ਕਰਦੇ ਹਾਂ ਕਿ ਮਲੇਰ ਕੋਲੇ ਦਾ ਹਸਪੀਟਲ ਜਿੱਥੇ ਨਾ ਹਾਰਟ ਦਾ ਡਾਕਟਰ ਹੈ ਨਾ ਗੁਰਦਿਆਂ ਦਾ ਡਾਕਟਰ ਹੈ ਨਾ ਲੀਵਰ ਦਾ ਡਾਕਟਰ ਹੈ ਨਾ ਡੈਲਸੀਜ਼ ਦਾ ਪ੍ਰਬੰਧ ਹੈ ਨਾ ਸਕੈਨ ਦਾ ਪ੍ਰਬੰਧ ਹੈ ਨਾ ਐਮ ਆਰ ਆਈ ਦਾ ਪ੍ਰਬੰਧ ਹੈ ਨਾ ਉਥੇ ਆਈ ਸੀ ਯੂ ਯੂਨਿਟ ਹੈ ਨਾ ਉਥੇ ਐਮਰਜੈਂਸੀ ਦੀਆਂ ਵਧੀਆ ਸਹੂਲਤਾਂ ਹਨ ਜਦੋਂ ਵੀ ਪਿੰਡਾਂ ਦੇ ਜਾਂ ਸ਼ਹਿਰ ਦੇ ਕੋਈ ਮਰੀਜ਼ ਹਸਪੀਟਲ ਆਉਂਦੇ ਨਾ ਤਾਂ ਡਾਕਟਰ ਉਹਨਾਂ ਨੂੰ ਰੈਫਰ ਕਰ ਦਿੰਦੇ ਨਾ ਵੀ ਇਹਨਾਂ ਨੂੰ ਰਜਿੰਦਰਾ ਹਸਪੀਟਲ ਪਟਿਆਲਾ ਲੈ ਜਾਓ ਜਾਂ ਤੇ ਪੀ ਜੀ ਆਈ ਚੰਡੀਗੜ੍ਹ ਲੈ ਜਾਓ ਗਰੀਬ ਲੋਕ ਵਿਚਾਰੇ ਜਿਨ੍ਹਾਂ ਕੋ ਸਾਧਨ ਨਹੀਂ ਹੁੰਦੇ ਉਹ ਬੜੇ ਮਾਇੂਸੀ ਦਾ ਸ਼ਿਕਾਰ ਹੁੰਦੇ ਨਾ ਅਸੀਂ ਲੋਕਾਂ ਨੂੰ ਇਹ ਵੀ ਵਿਸ਼ਵਾਸ ਦੁਲਾਨੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਅਸੀਂ ਮਲੇਰ ਕੋਲੇ ਦੇ ਵਿੱਚ ਵਧੀਆ ਹਸਪੀਟਲ ਬਣਾਵਾਂਗੇ ਸਾਰੇ ਡਾਕਟਰ ਮੁਹੱਈਆ ਕਰਾਵਾਂਗੇ ਔਰ ਸਾਰਾ ਇਲਾਜ ਜਿਹੜਾ ਹੈ ਉਹ ਮੁਫਤ ਦੇਵਾਂਗੇ ਵਿਰੋਧੀ ਤੁਹਾਨੂੰ ਇਸ ਗੱਲ ਤੇ ਘੇਰ ਵੀ ਲੈਂਦੇ ਨੇ ਕਈ ਵਾਰ ਉਹ ਸਵਾਲ ਵੀ ਚੱਕ ਲੈਂਦੇ ਨੇ ਕਿ ਕਹਿੰਦੇ ਨੇ ਕਿ ਜਦੋਂ ਕਰੋਨਾ ਕਾਲ ਸੀਗਾ ਤਾਂ ਦਿੱਲੀ ਸਰਕਾਰ ਉਥੋਂ ਲੋਕਾਂ ਨੂੰ ਨਹੀਂ ਸੰਭਾਈ ਉਥੇ ਕਿੰਨੀਆਂ ਮੌਤਾਂ ਹੋਈਆਂ ਉਹ ਲੋਕ ਜਿਹੜਾ ਇਲਾਜ ਦੇ ਲਈ ਇਹ ਪੰਜਾਬ ਦੇ ਵਿੱਚ ਆਏ ਖਾਸ ਕਰਕੇ ਤੁਹਾਡੀ ਕਾਂਗਰਸ ਪਾਰਟੀ ਵਾਲੇ ਇਹ ਗੱਲ ਕਹਿੰਦੇ ਨੇ ਨਹੀਂ ਵਿਰੋਧੀਆਂ ਦਾ ਕੰਮ ਤੇ ਵਿਰੋਧ ਕਰਨਾ ਹੀ ਹੁੰਦਾ ਹੈ ਉਹਨਾਂ ਨੂੰ ਜਦੋਂ ਉਹਨਾਂ ਤੋਂ ਕੋਈ ਚੰਗੇ ਕੰਮ ਜਨਤਾ ਦੀ ਭਲਾਈ ਦੇ ਕੰਮ ਹੁੰਦੇ ਨਹੀਂ ਉਹਨਾਂ ਨੇ ਕਿੰਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਉਹਨਾਂ ਤੋਂ ਪੂਰੇ ਨਹੀਂ ਹੋਏ ਕਰ ਕਰ ਨੌਕਰੀ ਦੇਣ ਦੀ ਗੱਲ કરી ਸੀ ਪੰਜ ਮਰਲ ਪੰਜ ਪੰਜ ਮਰਲੇ ਦੇ ਗਰੀਬਾਂ ਨੂੰ ਪਲਾਟ ਦੇਣ ਦੀ ਗੱਲ કરી ਸੀ 51000 ਸ਼ਗਨ ਕਮੀਨ ਦੀ ਗੱਲ કરી ਸੀ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦੀ ਗੱਲ કરી ਸੀ ਔਰ ਜਦੋਂ ਤੱਕ ਅਸੀਂ ਨੌਕਰੀਆਂ ਨਹੀਂ ਦੇ ਸਕਾਂਗੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਤਾਂ ਅਸੀਂ ਉਹਨਾਂ ਨੂੰ 2500 ਰੁਪਏ ਪੱਤਾ ਦੇਵਾਂਗੇ ਔਰ ਬਜ਼ੁਰਗਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਦੇਵਾਂਗੇ ਤੇ ਕੁਝ ਨਹੀਂ ਹੋਇਆ ਸਭ ਜਿਹੜੇ ਹਨ ਇਹ ਹਵਾਈ ਚੀਜ਼ਾਂ ਹੋ ਗਈਆਂ ਨਾ ਕਿਸੇ ਵੀ ਇੱਕ ਮੁੱਦੇ ਤੇ ਵੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਅੱਜ ਦੇਖ ਰਹੇ ਆ ਅਸੀਂ ਕਿ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਪੰਜਾਬ ਦਾ ਮਜ਼ਦੂਰ ਜਿਹੜਾ ਹੈ ਉਸ ਦੀ ਹਾਲਤ ਬਹੁਤ ਖਰਾਬ ਹੈ ਪੰਜਾਬ ਦੇ ਵਪਾਰੀ ਔਰ ਉਦਯੋਗਪਤੀ ਜਿਹੜੇ ਹਨ ਉਹਨਾਂ ਨੂੰ ਚੋਰ ਸਮਝਿਆ ਜਾਂਦਾ ਹੈ ਇਨਸਪੈਕਟਰੀ ਰਾਜ ਹੈ ਆਮ ਆਦੀ ਪਾਰਟੀ ਇਨਸਪੈਕਟਰੀ ਰਾਜ ਦਾ ਖਾਤਮਾ ਕਰੇਗੀ ਔਰ ਵਪਾਰੀਆਂ ਦਾ ਤੇ ਉਦਯੋਗਪਤੀਆਂ ਦਾ ਜੋ ਜਿਹੜਾ ਮਾਨ ਸਨਮਾਨ ਕਰੇਗੀ ਔਰ ਉਹਨਾਂ ਦੇ ਕਾਰੋਬਾਰ ਨੂੰ ਪਰਫੁੱਲਤ ਕਰਨ ਲਈ ਨੀਤੀਆਂ ਬਣਾਏਗੀ ਕਿਸਾਨਾਂ ਦੇ ਫਸਲਾਂ ਨੂੰ ਪਰਫੁੱਲਤ ਕਰਨ ਲਈ ਕਿਸਾਨੀ ਕਿੱਤੇ ਨੂੰ ਫਾਇਦੇਮੰਦ ਲਾਹੇਮੰਦ ਕੀਤਾ ਬਣਾਉਣ ਲਈ ਪਾਲਿਸੀਆਂ ਬਣਾਏਗੀ ਅੱਜ ਮੈਂ ਰਜੀਆ ਸੁਲਤਾਨਾ ਹੁਦਾ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਉਹ ਮੈਨੂੰ ਕਹਿੰਦੇ ਕੀ ਆਪਣੇ ਜਿਹੜਾ ਜਿਹੜਾ ਕੰਮ ਕਰਵਾਏ ਹੋਏ ਕਮਾ ਦੀ ਉਹ ਗਿਣਤੀ ਕਿਨਾਰੇ ਸੀ ਉਹ ਕਹਿੰਦੇ ਮਲੇਰਖੋਟਲੇ ਨੂੰ ਜ਼ਿਲ੍ਹਾ ਬਣਵਾਇਆ ਇਸ ਦੇ ਨਾਲ ਨਾਲ ਜਿਹੜੇ ਇੱਥੇ ਵਿਕਾਸ ਦੇ ਕੰਮ ਹੋਏ ਹੁਣ ਇੱਥੇ ਜਿਹੜਾ ਸੀਵਰੇਜ ਉਹ ਉਹਦਾ ਕੰਮ ਚੱਲ ਰਿਹਾ ਸੜਕਾਂ ਦਾ ਕੰਮ ਚੱਲਿਆ ਪੁਲ ਬਣੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੁਰਾਣੇ ਜਿਹੜੇ ਉਹਨਾਂ ਦਾ ਇਤਿਹਾਸ ਹੈ ਮਲੇਰ ਕੋਲੇ ਦੇ ਨਵਾਬਾਂ ਨਾਲ ਉਹਨਾਂ ਦੇ ਬਜ਼ੁਰਗਾਂ ਦੇ ਜੋ ਰਿਸ਼ਤੇ ਰਹੇ ਨਾ ਉਹ ਕਹਿੰਦੇ ਵੀ ਅਸੀਂ ਉਹ ਪ੍ਰਾਣੀਆਂ ਸਾਂਝਾਂ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਹੱਕ ਚ ਜੋ ਹਾ ਦਾ ਨਾਰਾ ਮਾਰੇ ਤੇ ਇਥੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਹਨਾਂ ਦੀਆਂ ਉਸ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਮਲੇਰ ਕੋਲੇ ਨੂੰ ਜ਼ਿਲ੍ਹਾ ਬਣਾਇਆ ਹੈ ਇਹਦੇ ਵਿੱਚ ਰਜ਼ੀਆ ਸੁਲਤਾਨਾ ਦਾ ਮੁਹੰਮਦ ਮੁਸਤਾਫਾ ਦਾ ਕੋਈ ਰੋਲ ਨਹੀਂ ਹੈ ਔਰ ਉਹ ਮੁਹੰਮਦ ਮੁਸਤਾਫਾ ਔਰ ਰਜ਼ੀਆ ਸੁਲਤਾਨਾ ਨੇ ਪਹਿਲਾਂ ਉਦੋਂ ਵੱਡੇ ਵੱਡੇ ਬੋਰਡ ਸ਼ਹਿਰ ਦੇ ਸਾਰੇ ਚੁਰਾਹਿਆਂ 'ਚ ਲਵਾਏ ਸੀਗੇ ਕਿ ਅਸੀਂ ਧੰਨਵਾਦ ਕਰਦੇ ਹਾਂ ਕੈਪਟਨ ਮਨਿੰਦਰ ਸਿੰਘ ਦਾ ਕਿੰਨਾ ਨੇ ਮਲੇਰ ਕੋਲੇ ਨੂੰ ਜ਼ਿਲ੍ਹਾ ਬਣਾਤਾ ਤੇ ਹੁਣ ਉਹ ਸਟੇਜਾਂ ਤੋਂ ਸਟੋਰੀਆਂ ਹੋਰ ਹੀ ਬਿਆਨ ਕਰ ਦੇਣਾ ਕਿ ਮੈਂ ਰਾਹੁਲ ਗਾਂਧੀ ਜੀ ਕੋਲ ਗਿਆ ਮੈਂ 2.5 ਘੰਟੇ ਉਹਨਾਂ ਨਾਲ ਘੁੰਮਦਾ ਰਿਹਾ ਤੇ ਉਹਨਾਂ ਤੋਂ ਮੈਂ ਜ਼ਿਲ੍ਹਾ ਬਣਵਾ ਕੇ ਲਿਆਇਆ ਉਹਨਾਂ ਤੋਂ ਮੈਂ ਮੈਡੀਕਲ ਕਾਲਜ ਬਣਵਾਇਆ ਹੈ ਮੈਡੀਕਲ ਕਾਲਜ ਨਾਂ ਦੀ ਕੋਈ ਇੱਥੇ ਚੀਜ਼ ਨਹੀਂ ਹੈ ਇੱਕ ਝਗੜੇ ਵਾਲੀ ਥਾਂ ਤੇ ਜਾਂ ਇੱਕ ਕਿਸੇ ਮਤਲਬ ਵੀ ਕੁਝ ਬੰਦਿਆਂ ਦੀ ਆਪਣੀ ਨਿੱਜੀ ਪ੍ਰਾਪਰਟੀ ਤੇ ਜਾ ਕੇ ਜ਼ਬਰਦਸਤੀ ਜਾ ਕੇ ਮੈਡੀਕਲ ਕਾਲਜ ਦਾ ਫਾਈਂਡ ਫਾਊਂਡੇਸ਼ਨ ਸਟੂਨ ਰੱਖਦਾ ਉਹਦੇ ਨਾਲ ਮੈਡੀਕਲ ਕਾਲਜ ਥੋੜਾ ਬਣ ਗਿਆ ਉਸ ਤੋਂ ਲੱਗਦਾ ਜੀ ਮੈਂ ਗੱਲ ਕਰਾਂ ਮਲੇਰ ਕੋਟਲਾ ਜਿਹੜੀ ਬਹੁ ਗਿਣਤੀ ਉਹ ਮੁਸਲਮ ਵੋਟਰਸ ਦੀ ਹੈ ਤਾਂ ਇੱਕ ਮਸਲਾ ਉਹਨਾਂ ਦਾ ਇਹ ਵੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜਾ ਦਿੱਲੀ ਦੇ ਵਿੱਚ ਮਰਕਸ ਬੰਦ ਪਿਆ ਉਹ ਇਹ ਸਮਝਦੇ ਨਹੀਂ ਕਿ ਉਹ ਦਿੱਲੀ ਸਰਕਾਰ ਨਹੀਂ ਉਹਨੂੰ ਖੁਲਵਾਉਣਾ ਚਾਹ ਰਹੀ ਉਹਦੇ ਕਰਕੇ ਫਰਕ ਪੈ ਰਿਹਾ ਉਸ ਤੇ ਕੀ ਮੰਨਦੇ ਹੋ ਕਿ ਇਸ ਚੀਜ਼ ਦਾ ਤੁਹਾਡੇ ਵੋਟ ਬੈਂਕ ਤੇ ਤੁਹਾਡੀ ਵੋਟ ਤੇ ਕਿੰਨਾ ਅਸਰ ਪਊਗਾ ਕਿ ਮੁਸਲਮ ਜਿਹੜੇ ਉਹ ਇਹ ਸਮਝਦੇ ਨੇ ਉਹਨਾਂ ਨੂੰ ਕਿਦਾਂ ਤਸੱਲੀ ਦਿਵਾਉਂਗੇ ਕੋਈ ਨਹੀਂ ਸਮਝਦਾ ਇਹ ਸਾਰੀਆਂ خیਾਲੀ ਗੱਲਾਂ ਹਨ ਦਿੱਲੀ ਸਰਕਾਰ ਦੇ ਅੰਡਰ ਉੱਥੇ ਦੀ ਪੁਲਿਸ ਜਾਂ ਉੱਥੇ ਦੀ ਐਡਮਿਨਿਸਟ ਪੁਲਿਸ ਪ੍ਰਸ਼ਾਸਨ ਨਹੀਂ ਆਉਂਦਾ ਤਾਂ ਇਸ ਲਈ ਇਹ ਸਾਰੇ ਮਤਲਬ ਹੈ ਵੀ ਜਿਹੜੇ ਕੁਐਸਚਨ ਹਨ ਇਹ ਅਰਾਈਜ਼ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਕਟਗਿੰਤੀਆਂ ਨੂੰ ਕੀ ਵਿਸ਼ਵਾਸ ਦੇਵਾਂਗੇ ਅਸੀਂ ਪੰਜਾਬ ਦੀਆਂ ਸਾਰੀਆਂ ਕਟਗਿੰਤੀਆਂ ਨੂੰ ਖਾਸ ਕਰ ਮਲੇਰ ਕੋਲੇ ਦੀਆਂ ਕਟਗਿੰਤੀਆਂ ਨੂੰ ਵਿਸ਼ਵਾਸ ਦਿਲਾਣੇ ਆ ਕਿ ਅਸੀਂ ਸਾਰੇ ਸਦੀਆਂ ਤੋਂ ਭਰਾਵਾਂ ਵਾਂਗ ਇੱਥੇ ਮਿਲ ਜੁਲ ਕੇ ਰਹਿੰਦੇ ਆਏ ਹਾਂ ਸਾਡੇ ਹਿੰਦੂ ਭਾਈ ਸਾਡੇ ਸਿੱਖ ਭਾਈ ਸਾਡੇ ਦਲਿਤ ਭਾਈ ਸਾਡੇ ਵੱਖ-ਵੱਖ ਕਲਾਸਾਂ ਸਾਡੇ ਈਸਾਈ ਭਰਾ ਮੁਸਲਮਾਨ ਵੀ ਸਾਰੇ ਇੱਥੇ ਮਿਲ ਜੁਲ ਕੇ ਰਹਿੰਦੇ ਆਏ ਹਾਂ ਅਸੀਂ ਸਾਂਝੇ ਤੌਰ ਤੇ ਤਿਹਾਰ ਮਨਾਉਂਦੇ ਆਂ ਅਸੀਂ ਵਿਆਹ ਸ਼ਾਦੀਆਂ ਚ ਖੁਸ਼ੀ ਗਮੀ ਦੇ ਮੌਕਿਆਂ ਤੇ ਇਕੱਠੇ ਹੁੰਨੇ ਆਂ ਇੱਕ ਦੂਸਰੇ ਦੀ ਦੁੱਖ ਬਣਾਦੇ ਆਂ ਇੱਕ ਦੋਜ਼ੇ ਖੁਸ਼ੀਆਂ ਨੂੰ ਚਾਰ ਚੰਦ ਲਾਣੇ ਆ ਤੇ ਅਮਨ ਔਰ ਸ਼ਾਂਤੀ ਦੇ ਨਾਲ ਮਲੇਰ ਕੋਲੇਜ ਰਹਨੇ ਆ ਜਦ ਤੋਂ ਇਹ ਮੁਹੰਮਦ ਮੁਸਤਾਫਾ ਰਜ਼ੀਆ ਸੁਲਤਾਨਾ ਇਹ ਰਾਜਨੀਤੀ ਜਾਇਨ ਉਦੋਂ ਤੋਂ ਇਹਨਾਂ ਨੇ ਨਫ਼ਰਤ ਦੀ ਰਾਜਨੀਤੀ ਕਰਨ ਦੀ ਇੱਥੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਔਰ ਐਸੀਆਂ ਸਾਜ਼ਿਸ਼ਾਂ ਹਮੇਸ਼ਾ ਘਟਦੇ ਰਹਿੰਦੇ ਨੇ ਮੁਹੰਮਦ ਮੁਸਤਾਫਾ ਕਿ ਜਿਹਦੇ ਨਾਲ ਇੱਥੇ ਦੇ ਆਪਸੀ ਭਾਈਚਾਰੇ ਨੂੰ ਤੋੜਿਆ ਜਾ ਸਕੇ ਅਸੀਂ ਸਾਰੇ ਹਿੰਦੁਸਤਾਨੀ ਹਾਂ ਅਸੀਂ ਸਾਰੇ ਭਾਰਤ ਦੇ ਵਾਸੀ ਹਾਂ ਅਸੀਂ ਸਾਰੇ ਵੱਖ-ਵੱਖ ਫਿਰਕਿਆਂ ਦੇ ਲੋਕ ਹਿੰਦੂ ਸਿੱਖ ਮੁਸਲਮਾਨ ਇਸਾਈ ਦਲਿਤ ਅਸੀਂ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਹਾਂ ਔਰ ਆਪਣੇ ਦੇਸ਼ ਦੇ ਲਈ ਆਪਣੇ ਸੂਬੇ ਦੇ ਲਈ ਆਪਣੇ ਸ਼ਹਿਰ ਦੇ ਲਈ ਅਸੀਂ ਸਾਰੇ ਇੱਕ ਜੁਟਤਾ ਦੇ ਨਾਲ ਤਰੱਕੀ ਲਈ ਕੰਮ ਕਰਦੇ ਹਾਂ ਲੇਕਿਨ ਇਹਨਾਂ ਨੇ ਪਿਛਲੇ 5 ਸਾਲਾਂ ਚ ਰਜ਼ੀਆ ਸੁਲਤਾਨਾ ਨੂੰ ਜਿੰਨੂੰ ਕੇ ਲੋਕਾਂ ਨੇ ਮੌਕਾ ਦਿੱਤਾ ਸੀ ਇੱਥੇ ਦੀਆਂ ਸੜਕਾਂ ਦੇਖ ਲੋ ਕਿੰਨਾ ਮਾੜਾ ਹਾਲ ਹੈ ਕੋਈ ਡਿਵੈਲਪਮੈਂਟ ਨਹੀਂ ਕਰਾਈ ਔਰ ਪੁਲ ਬਣਾਇਆ ਸੀ ਉਹਦੇ ਵਿੱਚੋਂ ਵੱਡੇ ਪੱਧਰ ਤੇ ਕਪਲਾ ਹੋਇਆ ਤੇ ਉਹ ਪੁਲ ਹੁਣ ਡਿੱਗ ਰਿਹਾ ਉਸ ਨੂੰ ਸਪੋਰਟਾਂ ਦੇ ਕੇ ਵੀ ਇਲੈਕਸ਼ਨ ਦੇ ਦਿਨ ਜੇ ਇਲੈਕਸ਼ਨਾਂ ਚ ਡਿੱਗ ਪਿਆ ਤੇ ਸਾਡਾ ਜਿਹੜਾ ਹੈਗਾ ਪੱਠਾ ਬੈਠ ਜਾਏਗਾ ਸਾਡਾ ਅਸੀਂ ਇਲੈਕਸ਼ਨ ਬੁਰੀ ਤਰ੍ਹਾਂ ਹਾਰ ਜਾਵਾਂਗੇ ਤੋਂ ਉਹਨੂੰ ਸਪੋਰਟਾਂ ਦੇ ਕੇ ਖੜਾ ਰੱਖਿਆ ਹੈ ਪਰੰਤੂ 20 ਤਰੀਕ ਨੂੰ ਲੋਕਾਂ ਨੇ ਜੋ ਮਨ ਬਣਾ ਰੱਖਿਆ ਹੈ ਕਿ ਅਸੀਂ 20 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਇੰਨੇ ਫਰਕ ਦੇ ਨਾਲ ਆ گویا ਕਿ ਇਹਨਾਂ ਨੂੰ ਇੱਥੋਂ ਹਰਾਵਾਂਗੇ ਜਾਂ ਇਹ ਕਹਿ ਸਕਦੇ ਆਂ ਵੀ ਰਜ਼ੀਆ ਸੁਲਤਾਨਾ ਨੂੰ ਦੀ ਕੁਰਸੀ ਨੂੰ ਡਿੱਗਣੋਂ ਇਹ ਨਹੀਂ بچਾ ਸਕਦੇ ਪੁੱਲ ਨੂੰ ਭਾਵੇਂ ਸਪੋਰਟਾਂ ਦੇ ਕੇ ਇਹਨਾਂ ਨੇ ਕੁਝ ਸਮੇਂ ਲਈ ਬਚਾ ਲਿਆ ਹੈ ਜੇ ਅਸੀਂ ਤੁਹਾਡੇ ਸਿਆਸੀ ਕਰੀਅਰ ਦੀ ਮੈਂ ਗੱਲ ਕਰਾਂ ਤਾਂ ਜੇ ਉਹਦੇ ਵੱਲ ਝਾਤ ਮਾਰੀਏ ਤੁਹਾਡੀ ਪ੍ਰੋਫਾਈਲ ਖੋਲੀਏ ਤਾਂ ਉਹਦੇ ਵਿੱਚ ਕਈ ਤੁਸੀਂ ਪਾਰਟੀਆਂ ਬਦਲਦੇ ਗਏ ਹੋ ਕਾਂਗਰਸ ਦੇ ਵਿੱਚ ਵੀ ਤੁਸੀਂ ਰਹੇ ਹੋ ਆਮ ਆਦਮੀ ਪੀ ਦੇ ਵਿੱਚ ਹੁਣ ਤੁਸੀਂ ਆਗੇ ਲੋਕ ਇਨਸਾਫ ਪਾਰਟੀ ਦਾ ਵੀ ਤੁਸੀਂ ਹਿੱਸਾ ਰਹੇ ਹੋ ਨਹੀਂ ਨਾ ਮੈਂ ਲੋਕ ਇਨਸਾਫ ਪਾਰਟੀ 'ਚ ਕਦੇ ਨਹੀਂ ਰਿਹਾ ਨੋ ਗਲਤ ਬਾਤ ਹੈ ਇਥੇ ਲੋਕ ਇਹ ਕਹਿੰਦੇ ਨੇ ਕਿ ਕਹਿੰਦੇ ਕਈ ਪਾਰਟੀਆਂ ਲੋਕ ਇਨਸਾਫ ਦੇ ਵੀ ਪਾਰਟੀ ਦੇ ਸਾਰੇ ਨਹੀਂ ਕਦੇ ਵਿੱਚ ਇਹ ਗੱਲ ਹੈਗੀ ਹੈ ਲੋਕਾਂ ਵਿੱਚ ਇਹ ਗੱਲ ਨਹੀਂ ਹੈ ਤਾਂ ਆਮ ਭਰਮ ਫੈਲਾਇਆ ਜਾ ਰਿਹਾ ਹੈ ਨਾ ਵੱਲੋਂ ਆਪੋਜੀਸ਼ਨ ਕਰ ਰਹੀ ਹੈ ਹਾਂਜੀ ਆਪੋਜੀਸ਼ਨ ਪਾਰਟੀਆਂ ਦਾ ਇਹ ਪ੍ਰਪੋਗੈਂਡਾ ਹੈ ਕਿ ਮੇਰੇ ਖਿਲਾਫ ਕਹਿਣ ਲਈ ਉਹਨਾਂ ਕੋਲ ਕੁਝ ਨਹੀਂ ਹੈ ਮੇਰਾ 46 ਸਾਲ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਉਸ ਤੇ ਕੋਈ ਦਾਗ ਧੱਬਾ ਨਹੀਂ ਹੈ ਤੇ ਇਨਾਂ ਕੋਲ ਜਦੋਂ ਕਹਿਣ ਲਈ ਕੁਝ ਨਹੀਂ ਤੇ ਫਿਰ ਇਦਾਂ ਦੀਆਂ ਗੱਲਾਂ ਹੀ ਕਰਦੇ ਨੇ ਇਹ ਅੱਛਾ ਅੱਜ ਮੈਂ ਤੁਹਾਡੇ ਜਮਾਤੀ ਮੈਨੂੰ ਪਤਾ ਲੱਗਿਆ ਕਿ ਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ Nusrat Ikram Khan ਬੱਗਾ ਜੀ ਤੁਹਾਡੇ ਜਮਾਤੀ ਵੀ ਨੇ ਲੋਕ ਸ਼ਹਿਰ ਦੇ ਵਿੱਚ ਜਦੋਂ ਮੈਂ ਗੱਲ ਕਰ ਰਿਹਾ ਉਹਨਾਂ ਦੀ ਸ਼ਰਾਫਤ ਦੇ دیਵਾਨੇ ਨੇ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਨਾਲ ਕਿੰਨਾ ਕੁ ਮੁਕਾਬਲਾ ਮੰਨਦੇ ਹੋ ਆਪਣਾ ਉਸ ਚੀਜ਼ ਨੂੰ ਕਿਸ ਤਰ੍ਹਾਂ ਓਵਰਕਮ ਕਰੂੰਗਾ ਨਹੀਂ Nusrat Ikram Khan ਬੱਗਾ ਜੀ ਮੇਰੇ ਨਾਲ ਪੜੇ ਨਾ ਤੇ ਉਹ ਪਹਿਲਾਂ ਲੋਕਾਂ ਨੇ ਉਹਨਾਂ ਨੂੰ ਇੱਥੋਂ ਨਮਾਇੰਦਗੀ ਕਰਨ ਦਾ ਮੌਕਾ ਦਿੱਤਾ ਸੀ ਉਹ ਕੈਬਨਟ ਮੰਤਰੀ ਵੀ ਰਹੇ ਤੇ ਉਹਨਾਂ ਨੇ ਜੋ ਉਹਨਾਂ ਦੀ ਕਾਰਗੁਜ਼ਾਰੀ ਰਹੀ ਉਸ ਸਮੇਂ ਉਹਦੇ ਬਾਰੇ ਇਲਾਕੇ ਦੇ ਲੋਕ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨਾ ਉਹਨੇ ਫੈਸਲਾ ਲੋਕਾਂ ਦੇ ਹੱਥ 'ਚ ਹੈ ਕਿ ਉਹ ਦੁਬਾਰਾ ਉਹਨਾਂ ਨੂੰ ਮੌਕਾ ਦੇਣਾ ਚਾਹੁੰਦੇ ਨੇ ਜਾਂ ਨਹੀਂ ਇਹ ਲੋਕ ਹੀ ਫੈਸਲਾ ਕਰਨਗੇ ਜਾਨਾ ਅਲਮ ਨੂੰ ਇੱਥੋਂ ਪਿਛਲੇ ਜਿੱਤ ਕੇ ਐਮ ਐਲ ਏ ਬਣਾਇਆ ਲੋਕਾਂ ਨੇ ਉਹਨਾਂ ਨੂੰ ਕਿੰਨਾ ਕੁ ਮੁਕਾਬਲਾ ਮ ਫਰਜ਼ਾਨਾ ਆਲਮ ਸਾਹਿਬਾ ਹੋਣ ਜਾਂ ਨੂਸਰ ਤਕਾਮਗਾ ਬੱਗਾ ਜੀ ਹੋਣ ਜਾਂ ਰਜ਼ੀਆ ਸੁਲਤਾਨਾ ਹੋਣ ਮੈਂ ਜਿਸ ਨੂੰ ਮੁਕਾਬਲੇ 'ਚ ਨਹੀਂ ਮੰਨਦਾ ਉੱਪਰ ਵਾਲੇ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਮਲੇਰ ਕੋਲੇ ਦੀ ਸੀਟ ਜਿੱਤ ਗਏ ਸ਼੍ਰੀ ਅਰਵਿੰਦ ਕੇਜੀਵਾਲ ਔਰ ਸ਼੍ਰੀ ਭਗਵੰਤ ਮਾਨ ਜੀ ਝੋਲੀ ਪਾਵੇਗੀ ਸਮਾਧਨ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਇਸਨ ਆਮ ਆਦਮੀ ਪਾਰਟੀ ਦੇ ਮਲੇ ਕੋਟਲਾ ਤੋਂ ਉਮੀਦਵਾਰ ਜਿਨ੍ਹਾਂ ਨੇ ਬੇਬਾਕੀ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜੇ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਕਿ ਜਿੱਥੇ ਤੱਕ ਰਿਹਾ ਸਵਾਲ ਪਾਰਟੀਆਂ ਬਦਲਣ ਦਾ ਤਾਂ ਇਹ ਪਾਰਟੀਆਂ ਦਾ ਪ੍ਰੋਪਗੈਂਡਾ ਹੈ ਮੈਂ ਕੋਈ ਮੈਂ ਕਾਂਗਰਸ ਦੇ ਵਿੱਚ ਬਿਸ਼ੱਕ ਰਿਹਾ ਹਾਂ ਪਰ ਇਹ ਲੋਕ ਇਨਸਾਫ ਪਾਰਟੀ ਦੇ ਵਿੱਚ ਮੈਂ ਨਹੀਂ ਰਿਹਾ ਇਹ ਲੋਕਾਂ ਵੱਲੋਂ ਜਿਹੜਾ ਪ੍ਰੋਪਗੈਂਡਾ ਫਲਾਇਆ ਜਾ ਰਿਹਾ ਹੈ ਪਾਰਟੀਆਂ ਵੱਲੋਂ ਵਿਰੋਧੀਆਂ ਵੱਲੋਂ ਤੇ ਨਾਲ ਦੀ ਨਾਲ ਇਹ ਗੱਲ ਕਰੀਏ ਤਾਂ ਰਜ਼ੀਆ ਸੁਲਤਾਨਾ ਵੱਲੋਂ ਕਿਤੇ ਹੋਏ ਕੰਮ ਤੇ ਉਹਨਾਂ ਨੇ ਸਵਾਲ ਖੜੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਵੱਲੋਂ ਵਿਕਾਸ ਕਿਤੇ ਗਏ ਨੇ ਪੁਲ ਕਿਤੇ ਬਣਾਈ ਗਏ ਨੇ ਉਹ ਟੁੱਟਨੇ ਵੀ ਸ਼ੁਰੂ ਹੋ ਗਏ ਨੇ ਨਾਲ ਦੀ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਉਸ ਦੇ ਵਿੱਚ ਰਜ਼ੀਆ ਸੁਲਤਾਨਾ ਦਾ ਕੋਈ ਵੀ ਹੱਥ ਨਹੀਂ ਹੈ ਉਹ ਕੈਪਟਨ ਸਾਹਿਬ ਵੱਲੋਂ ਬਣਾਇਆ ਗਿਆ ਸੀ ਕਿਉਂਕਿ ਉਹਨਾਂ ਦੇ ਨਵਾਬ ਪਰਵਾਜ਼ ਦੇ ਨਾਲ ਨਜ਼ਦੀਕੀਆਂ ਸਨ ਉਹਨਾਂ ਦੇ ਰਿਸ਼ਤੇ ਸਨ ਸੋ ਇਹਨਾਂ ਸ਼ਬਦਾ ਦੇ ਨਾਲ ਤੁਹਾਡੇ ਤੋਂ ਅੱਗੇ ਲੈਣੇ ਆ ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਸਾ Okay, done, bud.